ਪੰਜਾਬੀ ਸਾਹਿਤ ਅਕੈਡਮੀ ਦੇ ਇਸ ਸਮਾਗਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਵੈਸੇ ਪੰਧੇਰ ਸਾਹਿਬ ਕਰ ਹੀ ਚੁੱਕੇ ਨੇ। ਮੈਂ ਇੱਕ ਵਾਰ ਫਿਰ ਪ੍ਰਧਾਨਗੀ ਮੰਡਲ ਵਿੱਚ ਸਜੇ ਹੋਏ ਸਾਰੇ ਪਤਵੰਤੇ ਸੱਜਣਾਂ ਦਾ, ਸਾਰੇ ਕਵੀਆਂ ਦਾ ਜੋ ਦੂਰੋਂ ਚੱਲ ਕੇ ਆਏ ਨੇ, ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ। ਔਰ ਖਾਸ ਤੌਰ 'ਤੇ ਹਰੀ ਸਿੰਘ ਜਾਚਕ ਹੋਰਾਂ ਦਾ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੀ ਪਿਰਤ ਕਵੀ ਦਰਬਾਰਾਂ ਦੀ ਉਸ ਨੂੰ ਪੰਜਾਬੀ ਸਾਹਿਤ ਅਕੈਡਮੀ ਦੇ ਵਿੱਚ ਜ਼ਿੰਦਾ ਕੀਤਾ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹ ਬਹਾਰ ਜਿਹੜੀ ਹੈ ਹੋਰ ਜੋਬਨ ਉੱਤੇ ਆਏਗੀ। ਪੰਜਾਬੀ ਕਵੀ ਦਰਬਾਰ ਜਿਹੜੇ ਨੇ, ਇਹਨਾਂ ਦੀ ਮਹੱਤਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ, ਕਿਉਂਕਿ ਸਟੇਜੀ ਕਵੀ ਦਰਬਾਰ ਜਦੋਂ ਉਹਦੇ ਵਿੱਚ ਕਵਿਤਾ ਐਸੀ ਕਹੀ ਜਾਂਦੀ ਹੈ, ਸਾਡੀ ਰਵਾਇਤਾਂ ਐਸੀਆਂ ਰਹੀਆਂ ਨੇ। ਆਜ਼ਾਦੀ ਦੀ ਲੜਾਈ ਸਟੇਜੀ ਕਵੀ ਦਰਬਾਰਾਂ ਦੇ ਵਿੱਚ ਵੀ ਲੜੀ ਗਈ, ਉਸ ਵੇਲੇ ਸਰਕਾਰਾਂ ਨੂੰ ਹਿਲਾ ਦਿੱਤਾ ਗਿਆ। ਆਜ਼ਾਦੀ ਵੇਲੇ ਗੁਰਦਾਸ ਰਾਮ ਆਲਮ ਵਰਗੇ ਸ਼ਾਇਰ ਸੀ, ਔਰ ਉਸ ਤੋਂ ਬਾਅਦ ਵੀ ਸਟੇਜੀ ਕਵੀ ਦਰਬਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਲਹਿਰਾਂ ਆਈਆਂ, ਪੰਜਾਬ ਦੇ ਵਿੱਚ ਜਿੰਨੀਆਂ ਸਮੱਸਿਆਵਾਂ ਆਈਆਂ, ਮੁਹਿੰਮਾਂ ਲੜੀਆਂ ਗਈਆਂ, ਉਹ ਸਾਰੀਆਂ ਨੂੰ ਸਟੇਜੀ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਗਿਆ। ਔਰ ਆਮ ਤੌਰ 'ਤੇ ਕਿਹਾ ਜਾਂਦਾ ਕਿ ਕਵੀ ਜਦੋਂ ਸਟੇਜ ਤੋਂ ਬੋਲਦਾ ਅਤੇ ਕਿਹਦੇ ਗੋਡੇ ਲੱਗਦੀ ਹੈ ਅਤੇ ਕਿਹਦੇ ਗਿੱਟੇ ਲੱਗਦੀ ਹੈ, ਉਹ ਇਹ ਪਰਵਾਹ ਨਹੀਂ ਕਰਦਾ। ਸੋ ਇਹ ਦੇਣ ਜਿਹੜੀ ਹੈ ਉਹ ਬਹੁਤ ਵੱਡੀ ਹੈ ਕਵੀ ਦਰਬਾਰਾਂ ਦੀ। ਅਸੀਂ ਅਗਰ ਇਹ ਪਿਰਤ ਦੁਬਾਰਾ ਲੈ ਲਈਏ, ਸ਼ੁਰੂ ਕਰ ਲਈਏ, ਜਿਹੜੇ ਕਿ ਥੋੜ੍ਹੀ ਮੱਠੀ ਪੈ ਚੁੱਕੀ ਹੈ ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ ਕਵੀ ਦਰਬਾਰ ਕੀਤੇ ਜਾਣ, ਔਰ ਉਹਨਾਂ ਦੇ ਵਿੱਚ ਜੋ ਭਖਦੇ ਮਸਲੇ ਨੇ ਉਹਨਾਂ ਨੂੰ ਵੀ ਵਿਸ਼ਾ ਬਣਾਇਆ ਜਾਵੇ। ਇਹ ਠੀਕ ਹੈ, ਅੱਜ ਇਹ ਅਸੀਂ ਵਿਸਾਖੀ ਦੇ ਸੰਦਰਭ ਦੇ ਵਿੱਚ ਇਹ ਕਵੀ ਦਰਬਾਰ ਰੱਖਿਆ ਹੈ ਅਤੇ ਉਹਦੇ ਨਾਲ ਸੰਬੰਧਿਤ ਕਵਿਤਾਵਾਂ ਇੱਥੇ ਪੜ੍ਹੀਆਂ ਗਈਆਂ ਨੇ, ਅਤੇ ਹੋਰ ਜਿਹੜੇ ਪੰਜਾਬ ਦੇ ਭਖਦੇ ਮਸਲੇ ਨੇ ਉਹਨਾਂ ਨਾਲ ਸੰਬੰਧਿਤ ਵੀ ਪੜ੍ਹੀਆਂ ਗਈਆਂ ਨੇ। ਪਰ ਮੇਰੀ ਇਹ ਇੱਛਾ ਹੈ ਕਿ ਅਸੀਂ ਇਹਨਾਂ ਕਵੀ ਦਰਬਾਰਾਂ ਨੂੰ ਜਨਤਾ ਦੇ ਵਿੱਚ, ਲੋਕਾਂ ਦੇ ਵਿੱਚ ਲੈ ਕੇ ਜਾਈਏ ਅਤੇ ਇਹ ਕਵੀ ਉਹਨਾਂ ਲੋਕਾਂ ਨੂੰ ਪੰਜਾਬ ਦੇ ਭਖਦੇ ਮਸਲਿਆਂ ਪ੍ਰਤੀ ਸੁਚੇਤ ਕਰਨ, ਇਹ ਸਾਡਾ ਫਰਜ਼ ਹੈ। ਇੱਕ ਗੱਲ ਹੋਰ ਬੜੀ ਮਹਿਸੂਸ ਕੀਤੀ ਜਾਂਦੀ ਹੈ ਕਿ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਉਹ ਬਦਲ ਰਿਹਾ ਹੈ। ਪੰਜਾਬ ਦਾ ਸੱਭਿਆਚਾਰ ਸ਼ੁਰੂ ਤੋਂ ਹੀ ਬਦਲਦਾ ਰਿਹਾ ਹੈ। ਪੰਜਾਬ ਦਾ ਸੱਭਿਆਚਾਰ, ਪੰਜਾਬ ਦੇ ਲੋਕ, ਪੰਜਾਬ ਦੀਆਂ ਨਸਲਾਂ, ਉਹਦਾ ਖਾਸਾ ਹੀ ਇਹੀ ਹੈ ਕਿ ਉਹਦੇ ਵਿੱਚ ਰਲਾ ਹੁੰਦੇ ਰਹਿਣਾ। ਉਹਦੇ ਵਿੱਚ ਜਿਹੜੀ ਸਾਡੀਆਂ ਕੌਮਾਂ ਨੇ, ਜੋ ਅੱਜ ਅਸੀਂ ਬੈਠੇ ਹਾਂ, ਸਾਡੇ ਅੰਦਰ ਪਤਾ ਨਹੀਂ ਕਿੰਨੀਆਂ ਨਸਲਾਂ ਦਾ ਜਿਹੜਾ ਖੂਨ ਹੈ, ਔਰ ਪੰਜਾਬ ਦੀ ਕੌਮ ਬਣੀ ਹੀ ਇਸ ਤਰ੍ਹਾਂ ਹੋਈ ਹੈ। ਔਰ ਇਹ ਵੇਲੇ ਦੀ ਇੱਕ ਸੱਚਾਈ ਹੈ ਜਿਹੜੀ ਹੁਣ ਸਾਨੂੰ ਸਵੀਕਾਰ ਕਰ ਲੈਣੀ ਚਾਹੀਦੀ, ਉਹਦੇ ਪ੍ਰਤੀ ਰੁਦਨ ਨਹੀਂ ਰੱਖਣਾ ਚਾਹੀਦਾ। ਅਸੀਂ ਬਾਹਰ ਜਾ ਰਹੇ ਹਾਂ, ਪੰਜਾਬ ਦੇ ਲੋਕ, ਅਸੀਂ ਉਹਨਾਂ ਨੂੰ ਹਾਲੇ ਰੋਕ ਨਹੀਂ ਪਾ ਰਹੇ। ਕੋਈ ਰਾਜਨੀਤਿਕ ਸ਼ਕਤੀ ਐਸੀ ਆਵੇ ਜਿਹੜੀ ਕਿ ਪੰਜਾਬ ਦਾ ਮਾਹੌਲ ਐਸਾ ਬਣਾਵੇ ਅਤੇ ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣੋਂ ਰੋਕ ਸਕੇ, ਪਰ ਅਸੀਂ ਹਾਲੇ ਨਹੀਂ ਰੋਕ ਪਾ ਰਹੇ।
ਔਰ ਪੰਜਾਬ ਦੇ ਲੋਕ ਬਾਹਰ ਜਾ ਕੇ ਮੱਲਾਂ ਮਾਰ ਰਹੇ ਨੇ, ਉੱਥੇ ਮੰਤਰੀ ਬਣ ਰਹੇ ਨੇ, ਉੱਥੇ ਪ੍ਰਧਾਨ ਮੰਤਰੀ ਬਣ ਰਹੇ ਨੇ, ਅਤੇ ਇੱਥੇ ਸਾਡੀਆਂ ਜਿਹੜੀਆਂ ਸਾਡੇ ਜਿਹੜੇ ਦੂਜੇ ਪ੍ਰਾਂਤ ਨੇ ਉਹਨਾਂ ਤੋਂ ਲੋਕ ਉੱਥੋਂ ਆ ਕੇ ਲੋਕ ਪੰਜਾਬ ਦੇ ਵਿੱਚ ਵੱਸ ਰਹੇ ਨੇ। ਸੋ ਸਾਨੂੰ ਮੇਰੇ ਕੋਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਉਹ ਇੱਥੇ ਆ ਕੇ ਸਾਡੇ ਸੱਭਿਆਚਾਰ ਨੂੰ ਅਪਣਾਉਂਦੇ ਨੇ, ਚਾਹੇ ਜਿਸ ਤਰ੍ਹਾਂ ਵੀ ਅਪਣਾ ਰਹੇ ਨੇ। ਸੋ ਇਹ ਸਾਡਾ ਇੱਕ ਸੁਭਾਅ ਰਿਹਾ ਹੈ। ਅਤੇ ਇੱਕ ਚੀਜ਼ ਜਿਹੜੀ ਇਹ ਮੈਂ ਮਹਿਸੂਸ ਕੀਤੀ ਸੀ ਇੱਥੇ ਬੈਠੇ ਹਾਂ, ਉਹ ਗੱਲ ਮੈਂ ਕਹਿਣੀ ਜ਼ਰੂਰੀ ਸਮਝੀ ਹੈ। ਮੈਂ ਕਵਿਤਾ ਆਪਣੀ ਹਾਜ਼ਰੀ ਜਿਹੜੀ ਹੈ ਉਹ ਕਵਿਤਾ ਦੇ ਰੂਪ ਵਿੱਚ ਵੀ ਲਗਵਾਵਾਂਗੀ। ਮੇਰੀ ਇੱਕ ਕਿਤਾਬ ਪਿੱਛੇ ਆਈ ਹੈ, ਮੈਂ ਬਹੁਤ ਸਾਲ ਲਗਾ ਕੇ 10-12 ਸਾਲ ਲਗਾ ਕੇ ਕੰਮ ਕੀਤਾ ਪੰਜਾਬ ਦੇ ਇਤਿਹਾਸ ਨੂੰ, ਜੋ ਕਿ ਹੜੱਪਾ ਦੇ ਸਮੇਂ ਤੋਂ ਪੰਜਾਬ ਦਾ ਜੋ ਸੱਭਿਆਚਾਰ ਹੈ ਉਦੋਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਮੈਂ ਪੰਜਾਬ ਦਾ ਇਤਿਹਾਸ ਕਵਿਤਾ ਦੇ ਵਿੱਚ ਲਿਖਿਆ ਹੈ ਔਰ ਛੰਦਬੱਧ। ਮੇਰੀਆਂ ਪਹਿਲਾਂ 7 ਕਿਤਾਬਾਂ ਕਵਿਤਾ ਦੀਆਂ ਛਪੀਆਂ ਸੀ, ਜਿਹੜੀਆਂ ਸਾਰੀਆਂ ਖੁੱਲ੍ਹੀ ਕਵਿਤਾ ਲਿਖੀ ਹੈ, ਲੇਕਿਨ ਇਹਦੇ ਵਿੱਚ ਮੈਂ ਉਚੇਚੇ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਨੂੰ ਛੰਦ ਦੇ ਵਿੱਚ ਲਿਖ ਸਕਾਂ। ਉਹਦੇ ਵਿੱਚੋਂ ਮੈਂ ਅੱਜ ਦੇ ਸਮੇਂ ਨਾਲ ਸੰਬੰਧਿਤ 1-2 ਬੰਦ ਜਿਹੜੇ ਨੇ ਉਹ ਪੜ੍ਹਾਂਗੀ, ਜਿਸ ਮਕਸਦ ਨਾਲ ਅਸੀਂ ਅੱਜ ਇਹ ਕਵੀ ਦਰਬਾਰ ਕਰ ਰਹੇ ਹਾਂ। ਇਹ ਖਾਲਸਾ ਦੀ ਸਿਰਜਣਾ ਦੇ ਨਾਲ ਹੀ ਸੰਬੰਧਿਤ ਬੰਦ ਜਿਹੜੇ ਨੇ ਉਹ ਮੈਂ ਪੇਸ਼ ਕਰ ਰਹੀ ਹਾਂ 1-2। ਕਿ ਦਿੱਲੀਓਂ ਧਰਮ ਦਇਆ ਲਾਹੌਰੋਂ, ਦਿੱਲੀਓਂ ਧਰਮ ਦਇਆ ਲਾਹੌਰੋਂ ਦੁਆਰਕੋਂ ਮੋਹਕਮ ਆਇਆ, ਕਿ ਦਿੱਲੀਓਂ ਧਰਮ ਦਇਆ ਲਾਹੌਰੋਂ ਦੁਆਰਕੋਂ ਮੋਹਕਮ ਆਇਆ, ਜਗਨਨਾਥ ਪੁਰੀ ਤੋਂ ਹਿੰਮਤ ਵਿਦਰੋਂ ਸਾਹਿਬ ਪਾਇਆ। ਪੂਰਾ ਹਿੰਦੁਸਤਾਨ ਜਿਹੜਾ ਹੈ, ਕਿ ਦਿੱਲੀਓਂ ਧਰਮ ਦਇਆ ਲਾਹੌਰੋਂ ਦੁਆਰਕੋ ਮੋਹਕਮ ਆਇਆ, ਜਗਨਨਾਥ ਪੁਰੀ ਤੋਂ ਹਿੰਮਤ ਵਿਦਰੋਂ ਸਾਹਿਬ ਪਾਇਆ, ਦੇਵ ਚੰਦ ਰਾਮ ਨਹੀਂ ਹੁਣ ਸਭ ਨੂੰ ਸਿੰਘ ਸਜਾਇਆ, ਕਿ ਦੇਵ ਚੰਦ ਰਾਮ ਨਹੀਂ ਹੁਣ ਸਭ ਨੂੰ ਸਿੰਘ ਸਜਾਇਆ, ਇੱਕੀ ਦੁੱਕੀ ਸਮਝੇ ਸੀ ਜੋ ਯੱਕਾ ਹੁਕਮ ਬਣਾਇਆ, ਇੱਕੀ ਦੁੱਕੀ ਸਮਝੇ ਸੀ ਜੋ ਯੱਕਾ ਹੁਕਮ ਬਣਾਇਆ। ਇਹ ਮੈਂ ਜਿਹੜਾ ਇਹਦਾ ਛੰਦ ਵਿਧਾਨ ਹੈ, ਜਦੋਂ ਗੁਰੂ ਗੋਬਿੰਦ ਸਿੰਘ, ਮੈਂ ਸਾਰੀ ਕਿਤਾਬ 'ਚ ਛੰਦ ਬਦਲਦਾ ਹੈ ਸਮੇਂ ਦੇ ਮੁਤਾਬਕ, ਤਾਂ ਇਹ ਚੰਡੀ ਦੀ ਵਾਰ ਨਾਲ ਸੰਬੰਧਿਤ ਹੈ ਥੋੜ੍ਹਾ ਜਿਹਾ ਉਸ ਛੰਦ ਵਿਧਾਨ ਨਾਲ। ਕਿ ਬਾਦਸ਼ਾਹ ਦਾ ਪਾਤਸ਼ਾਹ ਕੌਮ ਜਿਹਦੇ ਲੜ ਲਾਈ, ਬਾਦਸ਼ਾਹ ਦਾ ਪਾਤਸ਼ਾਹ ਕੌਮ ਜਿਹਦੇ ਲੜ ਲਾਈ, ਵਾਹਕ ਮਾਲਕ ਧਿਰ ਸਨ ਕਿਰਤੀ ਕਾਮੇ ਭਾਈ, ਟਿੱਡੀ ਦਲ ਹੁਣ ਨਾ ਪਵੇ ਟੱਕਰੇ ਨਾ ਕਸਾਈ, ਕਿ ਟਿੱਡੀ ਦਲ ਹੁਣ ਨਾ ਪਵੇ ਟੱਕਰੇ ਨਾ ਕਸਾਈ, ਸਾਰੇ ਜੀਵਨ ਸੌਖੇ ਸਾਈਂ ਇਹੋ ਹੇਕ ਲਗਾਈ, ਖੋਦ ਖੋਦ ਕੇ ਲੋਹਾ ਲੱਭਾ ਰੋਟੀ ਰੋਜ਼ੀ ਪਾਈ, ਖੋਦ ਖੋਦ ਕੇ ਲੋਹਾ ਲੱਭਾ ਰੋਟੀ ਰੋਜ਼ੀ ਪਾਈ, ਕਲ ਆਖ ਕੇ ਧਰਮੀ ਠੱਗਾਂ ਲੀਕ ਵੱਖਰੀ ਪਾਈ, ਕਿ ਖੋਦ ਖੋਦ ਕੇ ਲੋਹਾ ਲੱਭਾ ਰੋਟੀ ਰੋਜ਼ੀ ਪਾਈ, ਕਲ ਆਖ ਕੇ
ਧਰਮੀ ਠੱਗਾਂ ਲੀਕ ਵੱਖਰੀ ਲਾਈ, ਉਸੇ ਸਰਬ ਲੋਹ ਦੀ ਸਤਿਗੁਰ ਨਵੀਂ ਕਹਾਣੀ ਪਾਈ ਕਿ ਉਸੇ ਸਰਬ ਲੋਹ ਦੀ ਸਤਿਗੁਰ ਨਵੀਂ ਕਹਾਣੀ ਪਾਈ, ਖੰਡਾ ਬਾਟਾ ਤੇਗ ਕੜਾ ਬਿਜਲੀ ਸ਼ਕਤੀ ਤਾਈ, ਕਿ ਖੰਡਾ ਬਾਟਾ ਤੇਗ ਕੜਾ ਬਿਜਲੀ ਸ਼ਕਤੀ ਤਾਈ, ਲੋਹਾ ਪਾਉਂਦੇ ਲੋਹਾ ਖਾਂਦੇ ਲੋਹੇ ਨਾਲ ਰਸਾਈ, ਖਣਕ ਖਣਕ ਛਣਕ ਛਣਕ ਹਰ ਧੁਨ ਸੀ ਟਕਰਾਈ, ਕਿ ਲੋਹਾ ਪਾਉਂਦੇ ਲੋਹਾ ਖਾਂਦੇ ਲੋਹੇ ਨਾਲ ਰਸਾਈ, ਖਣਕ ਖਣਕ ਛਣਕ ਛਣਕ ਹਰ ਧੁਨ ਸੀ ਟਕਰਾਈ, ਲੋਹੇ ਦੀ ਵਾਰੀ ਆਈ ਸਵਰਨ ਰੀਤ ਥਰਰਾਈ, ਕਿ ਲੋਹੇ ਦੀ ਵਾਰੀ ਆਈ, ਲੋਹੇ ਦੀ ਵਾਰੀ ਆਈ ਸਵਰਨ ਰੀਤ ਥਰਰਾਈ। ਕਿਆ ਕਮਾਲ!